ਸਿੱਖ ਚੈਨਲ ਵੇਖ ਰਹੇ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਪਹੁੰਚੇ ਆ ਪਿੰਡ ਬਤਾਲਾ ਜ਼ਿਲ੍ਹਾ ਕਪੂਰਥਲਾ ਦੇ ਵਿਖੇ ਜਿੱਥੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਠਾਂ ਨੂੰ ਜਾ ਰਿਹਾ ਹੈ ਜਿੱਥੇ ਕਿ ਦਵਾਈਆਂ ਦੇ ਰੇਟ ਫਸਲਾਂ ਦੇ ਰੇਟ ਘਟ ਰਹੇ ਹਨ ਦਵਾਈਆਂ ਦੇ ਰੇਟ ਵੱਧ ਰਹੇ ਹਨ ਉੱਥੇ ਹੀ ਕਿਸਾਨ ਅੱਜ ਕਰਜ਼ੇ ਦੇ ਥੱਲੇ ਆ ਰਿਹਾ ਹੈ। ਸੋ ਇਸੇ ਦੇ ਤਹਿਤ ਅਸੀਂ ਅੱਜ ਪਹੁੰਚੇ ਆ ਪਿੰਡ ਬਤਾਲਾ ਜਿੱਥੇ ਕਿ ਇੱਥੋਂ ਦੇ ਇੱਕ ਰਾਧਾ ਸੁਆਮੀ ਡੇਰਾ ਬਿਆਸ ਜੋ ਕਿ ਲਗਾਤਾਰ ਇਸ ਪਿੰਡ ਦੇ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਹੈ ਜੋ ਕਿ ਆਪਣੀ ਸਾਈਡ ਦੇ ਉੱਤੇ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਲਗਾਤਾਰ ਬੰਨ ਬਣਾਉਂਦਾ ਜਾ ਰਿਹਾ ਹੈ। ਸੋ ਉਹ ਬੰਨ ਬਣਾਉਣ ਦੇ ਨਾਲ ਜੋ ਕਿ ਪਾਣੀ ਦਾ ਵਹਾਅ ਜੋ ਦਰਿਆ ਦਾ ਵਹਾਅ ਪਿੰਡ ਬਤਾਲੇ ਵੱਲ ਨੂੰ ਲਗਾਤਾਰ ਵੱਧ ਰਿਹਾ ਹੈ ਤੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਇਸ ਦੇ ਵਿੱਚ ਢੱਠ ਗਈਆਂ ਹਨ। ਸੋ ਇਸੇ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਪਿੰਡ ਬਤਾਲਾ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਨੂੰ ਪੁੱਛਾਂਗੇ ਕਿ ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ। ਸੋ ਸਾਡੇ ਨਾਲ ਹਨ ਪਿੰਡ ਬਤਾਲਾ ਦੇ ਸਰਦਾਰ ਮੋਹਨ ਸਿੰਘ ਜੀ ਬਲ ਜੋ ਕਿ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਣਗੇ ਕਿ ਕਿਸਾਨਾਂ ਨੂੰ ਅੱਜ ਡੇਰੇ ਰਾਧਾ ਸੁਆਮੀ ਵੱਲੋਂ ਕੀ ਮੁਸ਼ਕਲਾਂ ਆ ਰਹੀਆਂ ਹਨ। ਮੈਂ ਮੋਹਨ ਸਿੰਘ ਬਲ ਬਤਾਲਾ ਅੱਜ ਇੱਥੇ ਹੀ ਸਾਰੇ ਚੈਨਲ ਦੇ ਸਮੇਤ ਇਕੱਠੇ ਹੋਏ ਹਾਂ ਸਿੱਖ ਚੈਨਲ ਦੇ ਨਾਲ ਕਿ ਅੱਗੇ ਵੀ 2-4 ਵਾਰੀ 10 ਵਾਰੀ ਲੋਕਾਂ ਸਾਡਿਆਂ ਨੇ ਸੰਘਰਸ਼ ਕੀਤਾ ਵਾ ਤੇ ਬੰਨ ਬੰਨਣੋਂ ਹਟ ਜਾਂਦਾ ਸੀਗਾ। ਜਿਸ ਵੇਲੇ ਸਾਰੇ ਇਕੱਠੇ ਹੋਏ ਕਹਿੰਦੇ ਸੀਗੇ ਉਹ ਵੇਲੇ ਵਾਅਦਾ ਕਰਦਾ ਸੀਗਾ ਕਿ ਮੈਂ ਅੱਗੇ ਇਹਨਾਂ ਦੇ ਜਿਹੜੇ ਜ਼ਿੰਮੇਵਾਰ ਬੰਦੇ ਅੱਗੇ ਆ ਵੀ ਅਸੀਂ ਨਹੀਂ ਕਰਾਂਗੇ, ਪਰ ਇਹ ਸਾਰੀ ਜ਼ਮੀਨ 750 ਏਕੜ ਦੇ ਕਰੀਬ ਸਾਡੇ ਢਲਵਾਂ ਬਤਾਲਾ ਤੇ ਪਿੰਡ ਭੈਣੀ ਕੁਛ ਚੱਕੋਕੇ ਦੀ ਜ਼ਮੀਨ ਆ ਜਿਹਦੇ ਉੱਤੇ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਵਾ। ਇਹ ਡੇਰਾ ਵਾ, ਇਹ ਲੋਕ ਕਹਿੰਦੇ ਧਾਰਮਿਕ ਸੰਸਥਾ ਵਾ, ਪਰ ਨਹੀਂ, ਧਾਰਮਿਕ ਸੰਸਥਾ ਹੁੰਦੀ ਆ ਲੋਕਾਂ ਦੇ ਭਲੇ ਲਈ, ਇਹ ਸਿਰਫ ਆਪਣੇ ਭਲੇ ਲਈ ਆ। ਜੇ ਇਹਨਾਂ ਨੇ ਥੋੜਾ ਬਹੁਤਾ ਜਿੱਥੇ ਨਾਮ ਜਪਣ ਲਈ ਲੈਣਾ ਸੀ ਲੋਕ ਦਿੰਦੇ ਆ, ਗਰਾਹੀਆਂ ਦਿੰਦੇ ਆ, ਸਭ ਕੁਛ ਦਿੰਦੇ ਆ, ਪਰ ਇਹਨਾਂ ਨੇ ਉਸ ਗਰਾਹੀਆਂ ਦਾ ਨਜਾਇਜ਼ ਫਾਇਦਾ ਉਠਾ ਕੇ ਲੋਕ ਇਕੱਠੇ ਕਰਕੇ ਇਹਨਾਂ ਨੇ ਉੱਥੇ ਫਾਰਮ ਬਣਾ ਲਏ ਆਲੂਆਂ ਦੇ, ਕਮਾਦਾਂ ਦੇ, ਗੰਨਾ ਬੀਜਦੇ ਆ, ਕਣਕ ਬੀਜਦੇ ਆ, ਹੋਰ ਕਈ ਤਰ੍ਹਾਂ ਦੀਆਂ ਫਸਲਾਂ ਉਗਾਉਂਦੇ ਆ, ਜੋ ਕਿ ਸਰਾਸਰ ਸਾਡੇ ਗਰੀਬ ਜਨਤਾ ਦੇ ਨਾਲ ਧੱਕਾ। ਸਾਡੇ ਪਿੰਡ ਦੇ ਅੱਗੇ ਕਿਸਾਨ ਇੱਕ ਦੋ ਖੁਦਕੁਸ਼ੀਆਂ ਵੀ ਕਰ ਬੈਠੇ ਆ, ਅਸੀਂ ਬੜੇ ਵਾਰ ਵਾਰ ਇਹਨਾਂ ਨੂੰ ਸਮਝਾਉਂਦੇ ਰਹਿੰਦੇ ਹਾਂ, ਜਿਹਦੇ ਵਿੱਚ ਮੇਰੇ ਨਾਲ ਸਰਦਾਰ ਗੁਰਬੀਰ ਸਿੰਘ ਜੀ ਨੇ ਵਾਅਦਾ ਕੀਤਾ ਸੀ, ਇੱਥੇ ਬਾਬਾ ਬੇਦੀ ਇਹਨਾਂ ਦਾ, ਇਹਨਾਂ ਨੇ ਵਾਅਦਾ ਕੀਤਾ ਸੀ, ਇਹ ਲੱਦਰ ਸਾਹਿਬ ਦੇ ਜਿਹੜਾ ਕਮਿਸ਼ਨਰ ਸਾਡੇ ਉਹਦੇ ਨਾਲ ਮੀਟਿੰਗ ਹੋਈ ਸੀ ਡੀਸੀ ਸਾਹਿਬ ਅਸੀਂ ਕਪੂਰਥਲਾ ਕਿ ਅਸੀਂ ਅੱਗੇ ਨਹੀਂ ਕਰਾਂਗੇ, ਜੋ ਕਿ ਇਹਨਾਂ ਨੇ ਉਹ ਸਾਰੀਆਂ ਹੀ ਹੱਦਾਂ ਬੰਨੇ ਟੱਪ ਕੇ ਅੱਜ ਵੀ ਉਸੇ ਤਰ੍ਹਾਂ ਕੋਈ 4-5 ਕਰੀਬ ਬੰਨ ਲਾ ਲਾ ਕੇ ਅੱਗੇ ਤੋਂ ਅੱਗੇ ਤੁਰੇ ਆਉਂਦੇ ਆ। ਜਿਹੜੀ ਢਾਹ ਵਾ ਅੱਗੇ ਸਾਡੇ ਪਿੱਛੇ ਸਰਕਾਰ ਕੈਪਟਨ ਸਰਕਾਰ ਵੇਲੇ ਬੰਨ ਮਨਜ਼ੂਰ ਹੋਏ ਪੱਥਰ ਉਹ ਲੱਗੇ ਸੀਗੇ, ਥੋੜੀ ਜਿਹੀ ਰੁਕਾਵਟ ਪਈ, ਲੋਕਾਂ ਨੂੰ ਸਾਹ ਆਇਆ ਸੀ, ਅੱਜ ਇਹ ਬਹੁਤ ਵੱਡੇ ਜ਼ੋਰ ਤੇ ਉੱਤੋਂ ਦੀ GT ਰੋਡ ਬਣਾਉਂਦੇ ਪਏ ਆ। ਪਹਿਲਾਂ ਇਹ ਕਹਿੰਦੇ ਸੀ ਅਸੀਂ ਕੋਈ ਬਿਜਲੀ ਦੀ ਨਹਿਰ ਬਣਾਉਣੀ ਆ, ਨਹਿਰ ਤੋਂ ਕਰਦੇ ਕਰਦੇ ਅੱਜ ਬਹੁਤ ਵੱਡੀ ਪੱਧਰ ਤੇ ਅੱਗੇ ਆ ਚੁੱਕੇ ਆ। ਮੈਂ ਇਹ ਬੇਨਤੀ ਕਰਦਾ ਵਾਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਕਰਦਾ ਕਿ ਥੋੜਾ ਬਹੁਤਾ ਤੁਸੀਂ ਨੁਮਾਇੰਦਗੀ ਜ਼ਿਮੀਦਾਰਾਂ ਦੀ, ਜਨਤਾ ਦੀ ਕਰਦੀ ਹੈ ਇਹ ਜਿਹੜੀ ਪੰਜਾਬ ਸਰਕਾਰਾਂ, ਸਟੇਟ ਦੀਆਂ ਸਰਕਾਰਾਂ ਹੁੰਦੀਆਂ, ਸੈਂਟਰ ਦੀਆਂ ਸਰਕਾਰਾਂ ਹੁੰਦੀਆਂ, ਪਰ ਇਹ ਸਾਰੀਆਂ ਅੱਜ ਇਹ ਜਿੱਥੇ ਡੇਰਾਵਾਲ ਚੱਲਦਾ ਉਹਨਾਂ ਦੀਆਂ ਨੁਮਾਇੰਦਗੀ ਕਰਦੇ ਪਏ ਆ। ਮੈਂ ਇਹ ਬੇਨਤੀ ਕਰੂੰਗਾ ਉਹਨਾਂ ਨੂੰ ਛੱਡ ਕੇ ਆਪਣੀਆਂ ਇਸ ਜ਼ਿੰਮੇਵਾਰੀਆਂ ਤੋਂ ਉੱਤੇ ਉੱਠ ਕੇ ਲੋਕਾਂ ਦੀ ਰਹਿਨਮਾਈ ਕਰਨ, ਜਿਹਦੇ ਨਾਲ ਗਰੀਬ ਜਨਤਾ ਦਾ ਲੋਕੀ ਰੋਟੀਆਂ ਖਾਂਦੇ ਰਹਿਣਗੇ ਤੇ ਸਾਰੇ ਲੋਕੀ ਇਸ ਦੇ ਨਾਲ, ਅਸੀਂ ਜਿੰਨੇ ਵੀ ਇਹ ਲਾਈਨਾਂ ਇਹਨਾਂ ਦੇ ਲੱਗੀਆਂ ਫਰੀ ਖਾਤੇ ਆਣ ਕੇ ਆਪਣਾ ਘਰ ਦਾ ਕੰਮ ਕਰਦੇ ਨੇ, ਬਾਬਿਆਂ ਨੇ ਪਤਾ ਨੀ ਕੀ ਕਾਰਨ ਚ ਫੂਕ ਮਾਰੀ ਹੋਈ ਆ। ਮੈਂ ਇੱਕ ਬੇਨਤੀ ਕਰਾਂਗਾ, ਜੇ ਤੇ ਬਾਬਾ ਜੀ ਧਾਰਮਿਕ ਆ, ਜੇ ਬਾਬਾ ਜੀ ਪੂਰੀ ਪਹੁੰਚ ਵਾਲੇ ਆ, ਰੱਬ ਨੂੰ ਮਿਲੇ ਹੋਏ ਆ, ਉਹਨਾਂ ਨੂੰ ਆਪਣੀ ਸੋਚਣ ਸ਼ਕਤੀ ਨਾਲ ਉੱਚੀ ਉੱਠ ਕੇ ਵੇਖਣ ਕੇ ਇਸ ਇਲਾਕੇ ਦੇ ਵਿੱਚ ਜਿਹੜੇ ਉਹਦੇ ਜ਼ਿੰਮੇਵਾਰ ਬੰਦੇ ਆ ਉਹ ਕਿਸ ਤਰ੍ਹਾਂ ਸਾਰੀਆਂ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ ਆ ਤੇ ਲੋਕਾਂ ਦਾ ਸਤਿਆਨਾਸ਼ ਕਰੀ ਜਾਂਦੇ ਆ, ਗਰੀਬਾਂ ਦਾ ਸਾਰਾ ਧਨ ਲੁੱਟੀ ਜਾਂਦੇ ਆ, ਜ਼ਮੀਨਾਂ ਲੁੱਟੀ ਜਾਂਦੇ ਆ, ਤੇ ਜੇ ਬਾਬੇ ਨੂੰ ਨਹੀਂ ਪਤਾ, ਇਹ ਨਹੀਂ ਉਹਨਾਂ ਦੀ ਸੋਚ ਤੇ ਆਉਂਦਾ, ਉਹਨਾਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਵਾ, ਫਿਰ ਉਹ ਆਪਣੇ ਆਪ ਨੂੰ ਧਾਰਮਿਕ ਸੰਸਥਾ ਜਾਂ ਬਾਬਾ ਖਵਾਉਣਾ ਛੱਡ ਦੇਵੇ। ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜਾ ਸਿੱਖ ਚੈਨਲ ਵਾ ਇਹ ਅੱਜ ਆਇਆ ਸਾਡੇ ਕੋਲ, ਇਹ ਸਾਰੇ ਹੀ ਵਰਲਡ ਚ ਵਿਖਾਵੇ ਤੇ ਸਾਡੀ ਜਿਹੜੀ ਆਵਾਜ਼ ਵਾ ਇਹਨੂੰ ਬੁਲੰਦ ਕਰੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਆਪਣਾ ਟਾਈਮ, ਸਾਰੇ ਇਲਾਕੇ ਨੂੰ ਪਤਾ ਕਿ ਆ ਥੋੜੇ ਜਿਹੇ ਦਿਨ ਹੋਏ ਆ ਜਿਹੜਾ ਢਲਵਾਂ ਡੀਪੂ ਇਹਨੂੰ ਅੱਗ ਲੱਗੀ ਆ, ਉੱਥੇ 2 ਏਕੜ ਜ਼ਮੀਨ ਇਸ ਡੇਰਾ ਬਿਆਸ ਨੇ, ਰਾਧਾ ਸੁਆਮੀਆਂ ਨੇ ਖਰੀਦੀ ਸੀ, ਉੱਥੇ ਨਾੜ ਨੂੰ ਅੱਗ ਲਾਈ ਜਿਹਦੇ ਉੱਤੇ ਲੱਖਾਂ ਦਾ ਨੁਕਸਾਨ ਹੋਇਆ ਤੇ 65,000 ਰੁਪਈਆ ਦੇ ਕਰੀਬ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਜੁਰਮਾਨਾ ਦਿੱਤਾ ਉੱਥੇ, ਜੋ ਇਹਨਾਂ ਨੇ ਜਗਲਾਤ ਨੇ ਪਾਇਆ ਉੱਥੇ ਦਿੱਤਾ। ਇਹ ਇਹਨਾਂ ਦੀਆਂ ਖੂਬੀਆਂ ਵਾ, ਜੋ
ਜਿਹੜੀਆਂ ਕਿ ਧਾਰਮਿਕ ਸੰਸਥਾ ਇਹਨਾਂ ਨੇ ਛੱਡ ਕੇ ਆਪਣੇ ਉਹ ਜਿਸ ਤਰ੍ਹਾਂ ਕਹਿੰਦੇ ਨਾ ਡੇਰਾਵਾਦ ਆ, ਉਹ ਡੇਰਾਵਾਦ ਨੂੰ ਉਤਸ਼ਾਹ ਕਰ ਰਹੇ ਆ, ਨਾ ਕਿ ਧਾਰਮਿਕ ਸੰਸਥਾ ਨੂੰ ਉਤਸ਼ਾਹ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ। ਕੀ ਜੋ ਅਸੀਂ ਆ ਸਾਹਮਣੇ ਦਰਿਆ ਦੇ ਪਰਲੇ ਸਾਈਡ ਦੇ ਉੱਤੇ ਇੱਕ ਬੰਨ ਵੇਖ ਰਹੇ ਹਾਂ, ਇਹ ਕੀ ਦਰਿਆ ਦੇ ਵਿੱਚ ਬਣ ਰਿਹਾ ਹੈ ਜਾਂ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਹੈ ਜਾਂ ਡੇਰੇ ਵਾਲਿਆਂ ਨੇ ਆਪਣੀ ਜ਼ਮੀਨ ਉੱਤੇ ਬਣਾ ਰਹੇ ਹਨ? ਇਹ ਜਿਹੜੇ ਬੰਨ ਬਾਈਦੇ ਪਏ ਆ ਇਹ ਸਾਰੇ ਹੀ ਬਤਾਲੇ ਦੀ ਜ਼ਮੀਨ ਦੇ ਵਿੱਚ ਵਾ। ਜੋ ਦਰਿਆ ਵਗਦਾ ਪਿਆ ਵਾ ਇਹ ਸਾਡੀ ਜਾਤੀ ਬਤਾਲੇ ਦੀ ਢਲਵਾਂ ਦੀ ਜ਼ਮੀਨ ਵਾ, ਪਿੰਡ ਭੈਣੀ ਦੀ, ਪਿੰਡ ਪਿਰਥੀਪੁਰ ਦੀ। ਇਹ ਜ਼ਮੀਨ ਸਾਰੀ ਸਾਡੇ ਪਿੰਡਾਂ ਦੀ ਜ਼ਮੀਨ ਆ, ਕਪੂਰਥਲੇ ਜ਼ਿਲ੍ਹੇ ਦੀ ਜ਼ਮੀਨ ਆ, ਨਾ ਕਿ ਅੰਮ੍ਰਿਤਸਰ ਦੀ ਆ। ਇਹ ਇਸ ਨੂੰ ਅੱਗੇ ਅੱਗੇ ਤੁਸੀਂ ਸਾਰੇ ਦੇਖ ਰਹੇ ਹੋ, ਅਗਲੇ ਬੰਨੇ ਇਹਨਾਂ ਨੇ ਆਪਣੀਆਂ ਮਸ਼ੀਨਾਂ ਲਾਈਆਂ ਹੋਈਆਂ, ਰੇਤਾ ਚੱਕ ਚੱਕ ਕੇ ਪਰਾਂ ਲਈ ਜਾਂਦੇ। ਦਰਾ ਦਾ ਵਹਾ ਇਹ ਸਾਡੇ ਬਤਾਲਾ ਤੇ ਢਲਵਾਂ ਨੂੰ ਕਰੀ ਜਾ ਰਹੇ ਆ। ਸਾਡਾ ਪਿੰਡ ਅੱਗੇ ਵੀ ਤਿੰਨ ਵਾਰੀ ਅੱਗੇ ਪਹਿਲਾਂ ਦਰਿਆਸਪੁਰ ਹੋ ਚੁੱਕਾ, ਹੁਣ ਇੱਕ ਨਵੀਂ ਇਹ ਜਿਹੜੀ ਸੁਨਾਮੀ ਆਉਣ ਵਾਲੀ ਆ ਸਾਡੇ ਇਲਾਕੇ ਦੇ ਵਿੱਚ, ਜਿਹੜੀ ਇੱਕ ਸੁਨਾਮੀ ਜਿਹੜੀ ਆਈ ਆ ਗੋਆ ਦੇ ਵਿੱਚ ਉੱਧਰ ਸਮੁੰਦਰ ਦੇ ਉੱਤੇ, ਉਹਦੇ ਅੱਜ ਤਾਈਂ ਰੌਲਾ ਪਿਆ ਵਾ। ਸਾਡੇ ਹਰ ਸਾਲ ਸੁਨਾਮੀ ਆਉਂਦੀ ਆ ਤੇ ਇਹਦੀ ਕੋਈ ਵੀ ਪੁੱਛ ਪੜਤਾਲ, ਕੋਈ ਦੇਖ ਰੇਖ ਨਹੀਂ। ਇਹ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਆਣ ਕੇ ਬਾਦਲ ਸਾਹਿਬ ਤੁਸੀਂ ਆਪ ਵੀ ਮੱਥਾ ਟੇਕਣ ਆਉਂਦੇ ਹੋ, ਬਾਬਾ ਜੀ ਨੂੰ ਮਿਲਣ ਆਉਂਦੇ ਹੋ, ਇੱਕ ਵਾਰੀ ਕਿਤੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਇੱਥੇ ਆਣ ਕੇ ਵੇਖੋ ਕਿ ਕੀ ਕਰਦੇ ਆ। ਕਮ ਸੇ ਕਮ ਇਹ ਜਿਹੜਾ ਅਮਲਾ ਫੈਲਾ ਤਹਿਸੀਲ ਦਾ, ਮੈਂ ਅੱਜ ਸਤਿਕਾਰਯੋਗ ਮਜੀਠੀਆ ਜੀ ਬੜਾ ਨੌਜਵਾਨ ਮੁੰਡਾ ਵਾ, ਉਹਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਮਾਲ ਮਹਿਕਮਾ ਆਪਣੇ ਕੋਲ ਇਕੱਠਾ ਕਰੇ ਉਹਨੂੰ ਪੁੱਛੇ ਵੀ ਇਹ ਕੀ ਕਾਰਨ ਕੀ ਆ। ਸਾਡੀ ਜ਼ਮੀਨ ਧੱਕੇ ਨਾ ਉਦਾਂ ਹੀ ਲਈ ਜਾਂਦੇ ਆ, ਜੇ ਕੋਈ ਜਾਂਦਾ ਵਾ ਬਾਬਾ ਜੀ ਸਾਡੀ ਜ਼ਮੀਨ ਚ ਨਾ ਕਰੋ, ਉਹਨੂੰ ਕਹਿੰਦੇ ਤੂੰ ਲੈਣਾ ਕੀ ਆ, ਅਸੀਂ ਛੱਡਣੀ ਨੀ, ਰਸਤਾ ਨੀ ਦੇਣਾ, ਕਰੇਗਾ ਕੀ? ਸਰਕਾਰ ਸਾਡੇ ਅੰਡਰ ਵਾ, ਅਸੀਂ ਸਰਕਾਰ ਦੇ ਅੰਡਰ ਨੇਗੇ। ਮੈਂ ਇਹ ਬੇਨਤੀ ਕਰਦਾ ਵਾ ਇਹ ਸਾਰੀ ਪੰਜਾਬ ਸਰਕਾਰ ਨੂੰ, ਖਾਸ ਕਰਕੇ ਮਾਲ ਮੰਤਰੀ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਉਹ ਇਹਦੇ ਵਿੱਚ ਆਪ ਨਿੱਜੀ ਦਖਲ ਦੇ ਕੇ ਇਹ ਸਾਡੇ ਲੋਕਾਂ ਨੂੰ ਬਚਾਉਣ। ਇਹਨਾਂ ਨੂੰ ਬੇਨਤੀ ਕਰਨ ਕਿ ਇਹਨਾਂ ਦੀਆਂ ਜਿਹੜੀਆਂ ਉਹ ਵਿੱਚ ਦੀ ਬਣਾਈਆਂ ਇਹਨਾਂ ਨੇ ਬੰਨ ਬਣਾਏ, ਇਹ ਦਰਿਆ ਨੂੰ ਉਹਨਾਂ ਬੰਨਾਂ ਦੇ ਵਿੱਚ ਦੀ ਕੱਢ ਦਿੱਤਾ ਜਾਵੇ, ਜਿਹੜੇ ਇਹਨੇ ਬੰਨ ਬੱਧੇ ਹੋਏ ਆ ਉਹਨਾਂ ਦੇ ਵਿੱਚ ਕਹਿੰਦੇ ਦੀ ਕੱਢ ਦਿੱਤਾ ਜਾਵੇ ਤੇ ਇੱਕ ਦਰਿਆ ਪਰੇ ਚਲੇ ਜੂਗਾ, ਇੱਕ ਸਾਡੀ ਲੋਕਾਂ ਦੀ ਜ਼ਮੀਨ ਬਚ ਜੂਗੀ। ਮੈਂ ਇਹ ਬੇਨਤੀ ਕਰਦਾ ਕਿ ਉਹ ਜਿੰਨੀ ਛੇਤੀ ਹੋ ਸਕਦਾ ਇੱਥੇ ਆਉਣ। ਜਿਸ ਤਰ੍ਹਾਂ ਕਿ ਆਪ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਨਿੱਜੀ ਤੌਰ ਤੇ ਆਪਣਾ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਆਪ ਦੀਆਂ ਜ਼ਮੀਨਾਂ ਦੇ ਉੱਤੇ, ਕੀ ਤੁਸੀਂ ਕਦੇ ਇਸ ਵਿਭਾਗ ਨਾਲ ਸੰਬੰਧਿਤ ਜਾਂ ਸਰਕਾਰ ਜਾਂ ਕਦੇ ਮੌਜੂਦਾ ਸਰਕਾਰ ਦੇ ਮਿਨਿਸਟਰ ਦੇ ਨਾਲ ਗੱਲਬਾਤ ਕੀਤੀ ਹੋਵੇ ਜਾਂ ਕਿ ਇਸ ਨੂੰ ਰੋਕਿਆ ਜਾ ਸਕੇ? ਅਸੀਂ ਬਹੁਤ ਵਾਰੀ ਜਦੋਂ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਦੇ ਹਾਂ, ਜਿਹੜਾ ਵੀ ਮੌਕੇ ਤੇ ਡੀਸੀ ਆਇਆ ਉਹਨੇ ਸਾਡੀ ਗੱਲ ਮੰਨੀ ਆ। ਜਦੋਂ ਉਹ ਡੀਸੀ ਕੋਲ ਇਹ ਵੀ ਮੰਨ ਜਾਂਦੇ ਆ, ਮੁੜ ਕੇ ਫੇਰ ਤੁਰ ਪੈਂਦੇ ਆ ਦੂਸਰੇ ਬੰਨੇ, ਜਦੋਂ ਪੰਜ ਚਾਰ ਮਹੀਨੇ ਬੰਦ ਕਰਕੇ ਫੇਰ ਦੁਬਾਰਾ ਲੱਗ ਪੈਂਦੇ ਆ। ਇਹ ਇੱਕ ਨਾ ਜਿਸ ਤਰ੍ਹਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਇੱਕ ਆਮ ਕਹਾਵਤ ਵਾ ਕਿ ਜੇ ਸੋਟਾ ਰੱਖੋ ਤੇ ਕੁੱਤਾ ਭਾਂਡੇ ਚ ਨਹੀਂ ਮੂੰਹ ਪਾਉਂਦਾ, ਜਦੋਂ ਸੋਟਾ ਥੱਲੇ ਡਿੱਗਦਾ ਫਿਰ ਭਾਂਡੇ ਚ ਮੂੰਹ ਪਾਉਂਦੇ ਆ। ਇਹਨਾਂ ਨੂੰ ਆਪ ਇਹਨਾਂ ਲੋਕਾਂ ਨੂੰ ਕੁਛ ਸ਼ਰਮ ਚਾਹੀਦੀ ਆ ਜਿਹੜੇ ਇਹ ਡੇਰੇ ਦੇ ਉੱਤੇ ਮੁਖਤਿਆਰ ਬਣੇ ਹੋਏ ਆ ਕਿ ਅਸੀਂ ਇਹ ਏਡੀ ਗੰਦੀ ਘਨੌਣੀ ਖੇਡ ਨਾ ਖੇਡੀਏ। ਇਹਨਾਂ ਨੇ ਇੱਥੇ ਆਣ ਕੇ ਫਸਲਾਂ ਬੀਜਣੀਆਂ ਜਾਂ ਨਾਮ ਜਪਾਉਣਾ ਵਾ? ਇਹ ਆਪਣਾ ਉਨਾ ਰੱਖਣ ਜਿਹਦੇ ਵਿੱਚ ਨਾਮ ਜਪਣ। ਕੋਈ ਤੁਸੀਂ ਆਮ ਜੀਟੀ ਰੋਡ ਤੇ ਕਿਤੇ ਵੇਖੋ, ਪੰਜ ਪੰਜ ਸੱਤ ਸੱਤ ਮੀਲ ਦੇ ਉੱਤੇ ਇਹਨਾਂ ਦੋ ਦੋ ਕਿੱਲੇ ਥਾਂ ਵੜੇ ਹੋਏ ਆ, ਉੱਥੇ ਨਾਮ ਜਪਣ ਲਈ ਵੜੇ ਆ। ਲੋਕ ਦਿੰਦੇ ਆ ਦਾਨ, ਅਸੀਂ ਵੀ ਦੇਣ ਨੂੰ ਤਿਆਰ ਆ, ਪਰ ਕੰਮ ਸੇ ਕੰਮ ਉੱਥੇ ਰਹਿਣ, ਨਾ ਕਿ ਧੱਕੇਸ਼ਾਹੀ ਕਰਨ। ਮੇਰੀ ਉਹ ਫਿਰ ਅਪੀਲ ਦੁਬਾਰਾ ਵਾ ਕਿ ਜਿੰਨੀ ਛੇਤੀ ਹੋ ਸਕਦਾ ਮੈਂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ, ਸਤਿਕਾਰਯੋਗ ਨੇ ਸਾਡੇ ਬਾਬਾ ਜੀ ਸਤਿਕਾਰਯੋਗ ਨੇ ਵੱਡੇ, ਜੇ ਉਹ ਆਪ ਨਿੱਜੀ ਦਖਲ ਦੇ ਕੇ ਜਿਹੜੀਆਂ ਦੋਨਾਂ ਬੰਨਾਂ ਦੇ ਬੰਨ ਬੱਝੇ ਹੋਏ ਆ ਇਹਨਾਂ ਦੇ ਵਿੱਚ ਦੀ ਦਰਿਆ ਨੂੰ ਕਰ ਦੇਣ। ਇੱਕ ਅਸੀਂ ਵੀ ਬਾਜਾਂਗੇ, ਲੋਕ ਵੀ ਸ਼ਰਧਾਲੂ ਇਹਨਾਂ ਦੇ ਵਧਣਗੇ। ਜਿਹੜੀ ਇਹਨਾਂ ਦੇ ਮਨ ਚ ਖਾਹਿਸ਼ ਵਾ ਕਿ ਸਾਡੇ ਸ਼ਰਧਾਲੂ ਇਹ ਦੁਨੀਆਂ ਤੇ ਵੱਧ ਤੋਂ ਵੱਧ ਹੋਣ, ਉਹ ਵੀ ਇਹਨਾਂ ਦੀ ਖਾਹਿਸ਼ ਪੂਰੀ ਹੋ ਜੂਗੀ ਤੇ ਲੋਕ ਵੀ ਵੱਧ ਜਾਣਗੇ। ਜੇ ਨਹੀਂ ਤੇ ਇਹ ਲਾਭ ਹੋਣ, ਇਹ ਕਹਿਣ ਵੀ ਸਾਡੇ ਵਾਅਦਾ ਰੋਗ ਨਹੀਂ, ਅਸੀਂ ਲੋਕਾਂ ਨੂੰ ਮਾਰਨਾ ਕੁੱਟਣਾ ਤੇ ਲੁੱਟਣਾ ਵਾ। ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਇਹ ਜੋ ਕਿ ਲਗਾਤਾਰ ਪੁਲ ਦੇ ਉੱਤੇ ਕੰਮ ਹਰ ਰੋਜ਼ ਚੱਲਦਾ ਹੈ ਤੇ ਵੱਧ ਰਿਹਾ ਹੈ ਕਿ ਇਧਰ ਨੂੰ ਢਾਹ ਲੱਗ ਰਹੀ ਹੈ ਬਤਾਲੇ ਪਿੰਡ ਨੂੰ, ਜੋ ਕਈ ਕਿਸਾਨਾਂ ਦੀਆਂ ਜ਼ਮੀਨਾਂ ਵੀ ਢੱਟ ਕੇ ਅੱਜ ਦਰਿਆ ਦੇ ਵਿੱਚ ਵਗ ਰਹੀਆਂ ਹਨ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਪ ਜੀ ਪਿੰਡ ਨੂੰ ਕੀ ਨੁਕਸਾਨ ਝਲਣਾ ਪੈ ਸਕਦਾ ਹੈ? ਸਾਡਾ ਪਿੰਡ ਬਤਾਲਾ ਵੀ ਢੱਟਣਾ, ਨਾਲ ਢਿਲਵਾਂ ਵੀ ਜਾਣਾ, ਨਾਲ ਮਾਂਗੇਵਾਲ ਮਸੂਰਵਾਲ, ਇਹ ਦਰਿਆ ਵਹਿਣ ਹੋਰ ਬੰਨੇ ਕਰ ਸਕਦੇ ਆ, ਜਿਹਦੇ ਨਾਲ ਮੇਰੇ ਖਿਆਲ ਆ ਜਿਹੜੀ ਕਦੇ ਵੀ ਪੂਰਤੀ ਨਹੀਂ ਹੋਏਗੀ। ਇਹ ਮੈਂ ਬੇਨਤੀ ਕਰੂੰਗਾ ਕਿ ਜਿੰਨੀ ਜਲਦੀ ਹੋ ਸਕਦਾ ਵਾ ਇਹਨਾਂ ਨੂੰ ਆਣ ਕੇ ਰੋਕਿਆ ਜਾਵੇ। ਹਰ ਤਿਉਹਾਰ ਸਾਡੇ ਨਾਲ ਵਾਅਦਾ ਕੀਤਾ, ਲੱਦੜ ਸਾਹਿਬ ਨੇ ਕੀਤਾ ਸੀ, ਡੀਸੀ ਸਾਹਿਬ ਨੇ ਵੀ ਕੀਤਾ ਸੀਗਾ ਕਪੂਰਥਲੇ ਨੇ, ਇੱਕ ਵਾਰ ਕੇ ਪੀ ਆਇਆ ਸੀਗਾ, ਬਿੰਟਾ ਸੀਗਾ ਡਿੰਪਾ ਅੰਮ੍ਰਿਤਸਰ ਵਾਲਾ, ਇਹ ਸਾਰਿਆਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਇਹ, ਪਰ ਉਸ ਤੋਂ ਅੱਗੇ ਘੱਟ ਤੋਂ ਘੱਟ ਕਈ 100 ਏਕੜ ਜ਼ਮੀਨ ਫੇਰ ਵੜ ਲਈ ਆ। ਰੋਜ਼ ਦੀ
ਸਾਡੇ ਇਸ ਪਿੰਡ ਦੀ ਮੇਰੇ ਖਿਆਲ ਕਈ ਲੱਖਾਂ ਦਾ ਨੁਕਸਾਨ ਰੋਜ਼ ਹੋ ਰਿਹਾ, ਕਿਉਂਕਿ ਉਹਨਾਂ ਬੰਦ ਤੇ ਆ, ਤੁਸੀਂ ਆ ਦੇਖ ਰਹੇ ਹੋ, ਸਾਰਾ ਹੀ ਸਾਰਾ ਚੈਨਲ ਦੇ ਆਉਂਦਾ ਪਿਆ ਵਾ, ਸਾਰੇ ਦਰਿਆ ਦਾ ਵਹਾਅ ਇੱਧਰ ਨੂੰ ਆ, ਇੱਧਰਲੇ ਬੰਨੇ ਰੇਤਾ ਵਾਲੀ ਜ਼ਮੀਨ ਆ, ਛੋਟਾ ਢਾਇਆ ਵਾ, ਇਹ ਰੋਜ਼ ਕਈ ਏਕੜ ਰੋਜ਼ ਦਰਿਆ ਪੁਰਦਾ ਹੁੰਦੀ ਆ, ਜਿਹਦਾ ਕਈ ਲੱਖਾਂ ਦਾ ਰੋਜ਼ ਸਾਡੇ ਜ਼ਿਮੀਂਦਾਰਾਂ ਦਾ ਨੁਕਸਾਨ ਹੋ ਰਿਹਾ। ਮੈਂ ਇਹ ਚਾਹੁੰਦਾ ਵਾਂ ਕਿ ਜਿੱਡੀ ਛੇਡੀ ਇਹਦਾ ਅਸੀਂ ਇੱਕੋ ਇਲਾਜ ਕਰਨ ਵਾਲੇ ਹਾਂ। ਹੁਣ ਸੋਚਦੇ ਪਏ ਹਾਂ ਕਿ ਕਿਸੇ ਦਿਨ ਜਿੱਦਣ ਦਾ ਭੰਡਾਰਾ ਹੁੰਦਾ ਜੀ ਟੀ ਰੋਡ ਤੇ ਜਾ ਕੇ ਆਪਣੀਆਂ ਕੁਰਬਾਨੀਆਂ ਦੇਈਏ, ਤੇ ਇਹ ਲੋਕ ਜਿਹੜੀ ਸੁੱਤੀ ਹੋਈ ਸਰਕਾਰ ਆ, ਸੁੱਤੀ ਹੋਈ ਜਨਤਾ, ਸੁੱਤੇ ਹੋਏ ਮਹਾਤਮਾ ਨੇ ਜਿਹੜੇ ਸੰਤ, ਇਹਨਾਂ ਦੇ ਬਾਬਾ ਜੀ ਵੱਡੇ, ਉਹਨਾਂ ਨੂੰ ਵੀ ਜਾਗ ਆ ਜਾਏ ਤੇ ਸ਼ਾਇਦ ਲੋਕਾਂ ਦਾ ਭਲਾ ਹੋ ਜਾਏ। ਜੇ ਸਾਡਾ 100-50 ਮਰ ਵੀ ਜਾਊਗਾ, ਪਰ ਬਾਕੀ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਆ, ਉਹਦਾ ਭਲਾ ਹੋ ਜਾਊਗਾ। ਮੈਂ ਇਹ ਬੇਨਤੀ ਕਰਦਾ ਕਿ ਜੇ ਨਹੀਂ ਤੇ ਸਾਨੂੰ ਇਹ ਉਠਾਉਣ ਤੋਂ, ਇਹ ਕਦਮ ਉਠਾਉਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਉਹ ਆਪਣੇ ਅਸਰ ਸੂਖ ਵਰਤ ਕੇ ਇਹਨਾਂ ਨੂੰ ਬਾਈ ਲਾ ਕਰਕੇ ਆਪਣੀਆਂ ਕਰੇਨਾਂ ਦੇਣ ਤੇ ਵਿਚਕਾਰ ਦੀ ਪਾਣੀ ਦਾ ਉੱਥੋਂ ਦੀ ਵਹਾਅ ਕਰ ਦੇਣ, ਅਸੀਂ ਵੀ ਖੁਸ਼ ਤੇ ਬਾਬਾ ਵੀ ਖੁਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਜਿਹੜਾ ਸਿੱਖ ਚੈਨਲ ਆਇਆ, ਜਿਹੜਾ ਸਾਰੇ ਵਰਲਡ ਚ ਵਿਖਾਉਣਾ, ਕਈ ਜਗ੍ਹਾ ਤੇ ਪਾਬੰਦੀਆਂ ਹੋਣਗੀਆਂ, ਪਰ ਜਿਹੜੀ ਚੰਗੀ ਚੀਜ਼ ਦੀ ਪਾਬੰਦੀ ਨਹੀਂ ਹੋਣੀ ਚਾਹੀਦੀ, ਮਾੜੀ ਦੀ ਪਾਬੰਦੀ ਹੋਣੀ ਚਾਹੀਦੀ। ਜੇ ਉਹ ਸੱਚ ਬੋਲਦੇ ਆ, ਸੱਚ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਇਹ ਵੱਧ ਤੋਂ ਵੱਧ ਵੇਖਣਾ ਵੀ ਚਾਹੀਦਾ, ਇਹਦੇ ਤੇ ਅਮਲ ਕਰਨਾ ਚਾਹੀਦਾ। ਜਿਹੜੇ ਸੁਣਨਗੇ ਉਹ ਸਾਡੇ ਨਾਲ ਰਲਣ, ਇਹ ਆਵਾਜ਼ ਬੁਲੰਦ ਕਰਨ, ਤੇ ਸਾਡੇ ਲੋਕਾਂ ਦਾ, ਇਹ ਗਰੀਬ ਜਨਤਾ ਦਾ, ਕਾਂ ਕੋਈ ਹੋਰ ਡੇਰਾਵਾਦ ਨਾ ਉੱਠੇ ਜਿਹੜਾ ਇਹੋ ਜਿਹਾ ਨੁਕਸਾਨ ਕਰੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਦਰਿਆ ਦੇ ਕੰਢੇ ਉੱਤੇ ਆਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਮੋਹਨ ਸਿੰਘ ਜੀ ਬਲ, ਜਿਨ੍ਹਾਂ ਨੇ ਕਿ ਆਪਣੇ ਵਿਚਾਰਾਂ ਦੇ ਨਾਲ ਦੱਸਿਆ ਕਿ ਜੋ ਕਿ ਡੇਰਾ ਰਾਧਾ ਸੁਆਮੀ ਲਗਾਤਾਰ ਬਿਆਸ ਦਰਿਆ ਦੇ ਦੂਸਰੇ ਬੰਨੇ ਆਪਣੀ ਸਾਈਡ ਦੇ ਉੱਤੇ ਉਸ ਨੂੰ ਪੱਕਾ ਕਰਦਾ ਜਾ ਰਿਹਾ ਹੈ, ਜਿਸ ਦੇ ਨਾਲ ਪਿੰਡ ਬਤਾਲਾ ਵੱਲ ਨੂੰ ਦਰਿਆ ਦਾ ਵਿਹਾਰ ਲਗਾਤਾਰ ਕਈ ਸਾਲਾਂ ਤੋਂ ਇਸ ਵੱਲ ਨੂੰ ਵੱਧ ਰਿਹਾ ਹੈ। ਕੁਝ ਕਿਸਾਨਾਂ ਦੀਆਂ ਜ਼ਮੀਨਾਂ ਜੋ ਕਿ ਇਸ ਦਰਿਆ ਦੇ ਵਿੱਚ ਵਗ ਚੁੱਕੇ ਹਨ, ਜੇਕਰ ਇਸੇ ਤਰ੍ਹਾਂ ਰਹਿੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਬਤਾਲਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਜਾਵੇਗਾ। ਹੁਣ ਸਾਡੇ ਨਾਲ ਮੌਜੂਦ ਹਨ ਸਰਪੰਚ ਮੱਖਣ ਸਿੰਘ ਜੀ, ਜੋ ਕਿ ਬਤਾਲਾ ਪਿੰਡ ਦੇ ਸਰਪੰਚ ਹਨ। ਸੋ ਇਹਨਾਂ ਕੋਲੋਂ ਪੁੱਛਦੇ ਹਾਂ ਕਿ ਇਸ ਦੇ ਜੋ ਕਿ ਡੇਰਾ ਰਾਧਾ ਸੁਆਮੀ ਵੱਲੋਂ ਲਗਾਤਾਰ ਆਪ ਜੀ ਦੇ ਪਿੰਡ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਆਪ ਜੀ ਜ਼ਮੀਨਾਂ ਨੂੰ ਢਾਹ ਲਾਈ ਜਾ ਰਹੀ ਹੈ, ਇਸ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਮੱਖਣ ਸਿੰਘ, ਸਰਪੰਚ ਮੌਜੂਦਾ ਪਿੰਡ ਬਤਾਲਾ। ਸਾਡੀ ਜਿਹੜੀ ਜ਼ਮੀਨ ਆ, ਜੋ ਬੰਨ ਬੰਨਣ ਦੇ ਟਰਾਲੀਆਂ ਚੱਲਣ ਦੀਆਂ, ਇੱਥੇ ਸ਼ਰਿਆਂ ਹਜ਼ਾਰਾਂ ਟਰਾਲੀ ਚੱਲਦੀ ਆ, ਅੱਗੇ ਵੀ ਅਸੀਂ ਬਹੁਤ ਵਾਰੀ ਇੱਥੇ ਆ ਚੁੱਕੇ ਹਾਂ, ਪਰ ਸਾਡੀ ਕਿਸੇ ਨੇ ਸੁਣੀ ਨਹੀਂ ਹਜੇ ਤੱਕ। ਸਾਡੀ ਜਿਹੜੀ ਜ਼ਮੀਨ ਆ, ਸਾਰੇ ਸਾਡੇ ਬੰਨ ਵੱਜਦੇ ਆ, ਕਿਸੇ ਦੀ ਜ਼ਮੀਨ 'ਚ ਬੰਨ ਨਹੀਂ ਕੋਈ ਵੱਜਦਾ। ਸਿਰਫ ਬਤਾਲੇ ਜ਼ਮੀਨ ਆ, ਮੈਂ ਉਹਨਾਂ ਦੇ ਨਾਮ ਵੀ ਲੈਣਾ ਚਾਹੁੰਦਾ, ਮੇਰੀ ਆਪਣੀ 9.5 ਕਿੱਲੇ ਜ਼ਮੀਨ ਆ, ਤੇ ਗੁਰਦੁਆਰਾ ਸਾਹਿਬ ਦੀ 7.5 ਕਿੱਲੇ ਆ, ਤੇ ਬਲਵੰਤ ਸਿੰਘ ਹਜ਼ਾਰਾ ਸਿੰਘ ਉਹਨਾਂ ਦੀ ਹੈਗੀ ਆ ਘੱਟ ਤੋਂ ਘੱਟ ਜੀ 22 ਕਿੱਲੇ, ਦਲਵੀਰ ਸਿੰਘ ਲੰਬੜਦਾਰ ਉਹਨਾਂ ਦੀ ਹੈਗੀ ਆ 22 ਕਿੱਲੇ, ਹੋਰ ਹੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਨਾਂ ਨਾ, ਸਾਰੀਆਂ ਉੱਧਰ ਹੀ ਆ ਸਾਡੇ ਪਿੰਡ ਦੀਆਂ ਜ਼ਮੀਨਾਂ। ਦਰਿਆ ਜਿਹੜਾ ਸਾਡੀਆਂ ਉੱਧਰ ਵਗਦਾ ਸੀ, ਜਿਹੜਾ ਉਹਨਾਂ ਨੇ ਇਸ ਵੇਲੇ ਇੱਧਰਲੇ ਮੈਨੇ ਕਰਤਾ, ਸਾਡੀਆਂ ਜ਼ਮੀਨਾਂ ਸਾਰੀਆਂ ਢਾਹਤੀ ਉਹਨਾਂ ਨੇ। ਬਾਬਾ ਡੇਰਾ ਰਾਧਾ ਸੁਆਮੀ ਵਾਲਾ ਜਿਹੜਾ ਨਾ, ਇਹ ਜਹਾਜ਼ ਦੇ ਵਿੱਚ ਆਉਂਦਾ, ਉਹਨੂੰ ਸਭ ਕੁਝ ਪਤਾ ਵਾ, ਜਹਾਜ਼ ਲੰਘਦਾ ਇੱਥੋਂ ਦੀ। ਅੱਜ ਆਇਆ ਨਹੀਂ, ਤੁਹਾਨੂੰ ਜਹਾਜ਼ ਹੀ ਦਿਖਾ ਦੇਣਾ ਹੈ, ਮੌਕੇ ਤੇ ਜਹਾਜ਼ ਹੁੰਦਾ ਤੁਹਾਨੂੰ ਦਿਖਾ ਦੇਣਾ, ਐਤਵਾਰ ਨੂੰ ਚਾਹੇ ਕਿਸੇ ਦਿਨ ਹੋਰ ਆ ਜਾਓ, ਤੁਹਾਨੂੰ ਜਹਾਜ਼ ਦਿਖਾਉਣਗੇ। ਬਾਬੇ ਨੂੰ ਕਿਹੜਾ ਨਹੀਂ ਦੇਖਦਾ ਵੀ ਜਹਾਜ਼ ਇੱਥੇ ਉਤਰਦਾ, ਵੱਲ ਬਾਬਾ ਸਭ ਕੁਝ ਵੇਨਾ ਨੀਗਾ। ਕਿ ਜਿਸ ਤਰ੍ਹਾਂ ਕਿ ਆਪ ਨੇ ਦੱਸਿਆ ਗਿਆ ਕਿ ਲਗਾਤਾਰ ਤੁਸੀਂ ਇੱਥੇ ਆਉਂਦੇ, ਕੀ ਤੁਸੀਂ ਪਿੰਡ ਵਾਲਿਆਂ ਦੇ ਸੰਯੋਗ ਜਾਂ ਹੋਰ ਇਲਾਕੇ ਦੇ ਸੰਯੋਗ ਨਾਲ ਕਦੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ? ਅਸੀਂ ਬਹੁਤ ਕੋਸ਼ਿਸ਼ ਕੀਤੀ ਆ, ਇੱਕ ਵਾਰੀ ਨਹੀਂ, ਸਾਡੇ ਨਾਲ ਜ਼ਿਆਦਾ ਧੱਕਾ ਕਰਦੇ ਆ, ਅਸੀਂ ਤੇ ਹਾਂ ਵੀ ਗਏ, ਹਾਰ ਕੇ ਡਿਪਟੀ ਕਮਿਸ਼ਨਰ ਦੇ ਵੀ ਚੱਲ ਗਏ ਹਾਂ, DC ਦੇ ਗਏ ਹਾਂ, ADC ਗੁਰਮੇਲ ਸਿੰਘ ਸਾਡੇ ਪਿੰਡ ਆਇਆ, ਕਹਿਣ ਲੱਗਾ ਵੀ ਤੁਹਾਡੇ ਪ੍ਰੋਜੈਕਟ ਲਾਉਣਾ, ਤੁਹਾਨੂੰ ਸਹੂਲਤ ਦੇਣੀ ਆ, ਪ੍ਰਦੂਸ਼ਣ ਦਾ ਤੁਹਾਡਾ ਇੰਤਜ਼ਾਮ ਕਰਨਾ। ਅਸੀਂ ਕਿਹਾ ਉਹ ਕਿਹੜੇ ਹਿਸਾਬ ਨਾਲ? ਕਹਿੰਦੇ ਅਸੀਂ ਤਾਂ ਪ੍ਰੋਜੈਕਟ ਲਾਉਣਾ। ਅਸੀਂ ਕਿਹਾ ਤੁਸੀਂ ਪ੍ਰੋਜੈਕਟ ਰਾਹ ਸਮੇਂ ਲਾ ਲਓ, ਸਾਡੀ ਜ਼ਮੀਨ ਅਸੀਂ ਤੁਹਾਨੂੰ ਜ਼ਮੀਨ ਦਿੰਦੇ ਹਾਂ। ਕਹਿੰਦੇ ਉੱਧਰਲੀ ਗੱਲ ਨਾ ਕਰੋ, ਉੱਧਰ ਨਹੀਂ ਅਸੀਂ ਕਿਤੇ ਜਾ ਸਕਦੇ। ਅਸੀਂ ਕਿਹਾ ਫਿਰ ਅਸੀਂ ਆਪਣੇ ਪਿੰਡ ਵੀ ਨਹੀਂ ਲਾ ਸਕਦੇ, ਤੇ ਅਸੀਂ ਸਾਡੀਆਂ ਦਰਖਾਸਤਾਂ ਪਈਆਂ ਆਪਣੇ ਕਾਨੂੰਗੋ ਸਾਹਿਬ ਕੋਲ, ਤਹਿਸੀਲਦਾਰ ਕੋਲ ਪਹੁੰਚ ਕੀਤੀ, ਦਲੀਪ ਸਾਹਿਬ ਕਹਿੰਦਾ ਵੀ ਤੁਸੀਂ ਜਾ ਕੇ ਕੇਸ ਕਰੋ ਅਦਾਲਤ ਦੇ ਵਿੱਚ, ਤੁਹਾਡਾ ਫੈਸਲਾ ਫੇਰ ਹੋਣਾ, ਜੇ ਤੁਸੀਂ ਨਿਸ਼ਾਨੀਆਂ ਕਰਾ ਵੀ ਲਓਗੇ ਤੁਹਾਨੂੰ ਕਬਜ਼ਾ ਦੇਣਾ। ਤੋ ਉੱਥੇ ਸਾਡੀਆਂ ਦਰਖਾਸਤਾਂ ਪਈਆਂ ਢਿੱਲਵਾਂ, ਜਦੋਂ ਮਰਜ਼ੀ ਜਾ ਕੇ ਤੁਸੀਂ ਵੇਖ ਸਕਦੇ ਹੋ ਕਾਨੂੰਗੋ ਸਾਹਿਬ ਕੋਲ, ਘੱਟ ਤੋਂ ਘੱਟ 30-35 ਦਰਖਾਸਤਾਂ ਸਾਡੀਆਂ। ਠੀਕ ਹੈ, ਤੁਸੀਂ ਇਹ ਡੇਰਾ ਰਾਧਾ ਸੁਆਮੀ ਦੇ ਮੁਖੀ ਜਾ ਕੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ, ਸਾਨੂੰ ਨਿਆਂ ਹੋਣਾ ਚਾਹੀਦਾ, ਜਿਹੜਾ ਦਰਿਆ ਵਾ ਸਾਡਾ ਉੱਥੇ ਜਾਣਾ ਚਾਹੀਦਾ ਜਿੱਥੇ ਪਹਿਲਾਂ ਵਗਦਾ ਹੈ। ਠੀਕ ਹੈ, ਇਹਨਾਂ ਨੇ ਧੱਕੇ ਨਾਲ ਇਹਨੂੰ ਕੀਤਾ ਹੈ,
ਹਜ਼ਾਰਾਂ ਟਰਾਲੀ ਲੱਗੀ ਅੱਜ ਘਾਟਾ ਥੋੜੀ ਆ ਹਜ਼ਾਰਾਂ ਟਰਾਲੀ ਇੱਥੇ ਚੱਲਦੀ ਹੈ ਲੋਕ ਇੱਥੇ ਪਤਾ ਨਹੀਂ ਕਿੰਨੇ ਕੁ ਆਉਂਦੇ ਆ ਹੁਣ ਪੱਕੇ ਬਣ ਉਹ ਮਸ਼ੀਨ ਲੱਗੀ ਆ ਸ਼ਰਮ ਦਰਿਆ ਦੇ ਵਿੱਚ ਰੇਤਾ ਕੱਢਣ ਡੇ ਸੋ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਅਫਸਰਾਂ ਨੂੰ ਬੇਨਤੀ ਅਫਸਰ ਸਾਡੇ ਪਿੰਡ ਇੱਕ ਵਾਰੀ ਵੀ ਨਹੀਂ ਆ ਕੇ ਵੇਖਿਆ ਇੱਕ ਦਿਨ ਅਸੀਂ ਬੈਠੇ ਡੀਸੀ ਸਾਹਿਬ ਨੇ ਆਉਣਾ ਸੀ ਧੁੱਸੀ ਬੰਨ ਤੇ ਪਟਵਾਰੀ ਸਾਹਿਬ ਕਹਿੰਦੇ ਡੀਸੀ ਸਾਹਿਬ ਆ ਰਹੇ ਆ ਅਸੀਂ ਕਿਹਾ ਚਲੋ ਆ ਰਹੇ ਅਸੀਂ ਮੌਕਾ ਦਿਖਾਉਂਦੇ ਹਾਂ ਡੀਸੀ ਸਾਹਿਬ ਢਿਲਮਾ ਤੋਂ ਵਾਪਸ ਮੁੜ ਗਏ ਗਾਂ ਪਿੰਡ ਬਤਾਲੇ ਨਹੀਂ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੇਲ ਸਿੰਘ ਮੈਂਬਰ ਪੰਚਾਇਤ ਬਤਾਲਾ ਅਸੀਂ ਪਿੰਡ ਵਾਸੀਆਂ ਨੇ ਰਲ ਕੇ ਕਾਫੀ ਹੰਬਲਾ ਮਾਰਨ ਦੀ ਕੋਸ਼ਿਸ਼ ਕੀਤੀ ਕਈ ਵਾਰ ਕਿ ਡੇਰੇ ਵਾਲਿਆਂ ਨਾਲ ਕੋਈ ਗੱਲਬਾਤ ਕੀਤੀ ਜਾਵੇ ਲੇਕਿਨ ਉਹ ਜਾ ਕੇ ਸਾਨੂੰ ਉੱਥੇ ਗਿਆ ਨੂੰ ਧਮਕਾਉਂਦੇ ਆ ਕਹਿੰਦੇ ਕਿ ਤੁਸੀਂ ਕਰਨ ਕੇ ਆਏ ਹੋ ਅਸੀਂ ਕਹਿੰਦੇ ਆਪਣੀ ਜ਼ਮੀਨ ਦੇ ਬਾਰੇ ਗੱਲਬਾਤ ਕਰਨ ਆਏ ਉਹ ਕਹਿੰਦੇ ਰਜਿਸਟਰੀ ਕਰੋ ਸਾਨੂੰ ਜਿੱਥੇ ਕਿ 20-20 ਲੱਖ ਰੁਪਈਆ 25-25 ਲੱਖ ਰੁਪਈਆ ਕਿੱਲੇ ਦੀ ਕੀਮਤ ਆ ਤੋ ਸਾਨੂੰ 25-30 ਹਜ਼ਾਰ ਰੁਪਈਆ ਅੱਗੇ ਦੱਸ ਰਹੇ ਆ ਇਹ ਸਰਾਸਰ ਸਾਡੇ ਨਾਲ ਅਨਿਆਇ ਆ ਬੇਇਨਸਾਫ਼ੀ ਆ ਅਸੀਂ ਪੰਜਾਬ ਗੌਰਮੈਂਟ ਤੋਂ ਇਹੀ ਉਮੀਦ ਕਰਦੇ ਹਾਂ ਕਿ ਉਹ ਸਾਡੀ ਆ ਕੇ ਹੈਲਪ ਕਰੇ ਤੇ ਸਾਡੀਆਂ ਜ਼ਮੀਨਾਂ ਦੀ ਸਾਨੂੰ ਮਾਲਕੀ ਦਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਸਨ ਆਫ ਸਰਦਾਰ ਕੇਰ ਸਿੰਘ ਪਿੰਡ ਬਤਾਲੀ ਦਾ ਨਿਵਾਸੀ ਹਾਂ ਮੈਂ ਪੰਜਾਬ ਸਰਕਾਰ ਅੱਗੇ ਬੇਨਤੀ ਕਰਦਾ ਕਿ ਸਾਡੀ ਜੋ ਜ਼ਮੀਨ ਹੈ 17 ਕਿੱਲੇ ਇੱਕ ਜਗ੍ਹਾ ਸੀ ਤੇ 9 ਕਿੱਲੇ ਇੱਕ ਜਗ੍ਹਾ 26 ਕਿੱਲੇ ਜ਼ਮੀਨ ਜੋ ਪੂਰੀ ਆ ਟੁੱਟ ਚੁੱਕੀ ਆ ਤੇ ਕੋਈ ਵੀ ਜ਼ਮੀਨ ਜੋ ਹੈ ਵਾਹੁਣ ਦੇ ਕਾਬਲ ਨਹੀਂ ਰਹੀ ਉਹ ਮੈਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਜੋ ਰਾਧਾ ਸਵਾਮੀ ਵਾਲੇ ਜੋ ਬੰਨ ਇੱਧਰ ਲਾ ਰਹੇ ਆ ਇਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਕਿ ਸਾਡੀ ਜ਼ਮੀਨ ਜੋ ਹੈ ਜੇ ਦੁਬਾਰਾ ਜੋ ਹੈ ਆਬਾਦ ਹੋ ਸਕੇ ਇਹਨਾਂ ਕੁਛ ਕਹਿੰਦਾ ਹੋਇਆ ਮਹਿਕਮਾ ਦਾ ਜਾਂਚ ਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਿਸ਼ਭ ਸਿੰਘ ਸਾਨੂੰ ਭਾਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੋਲ ਰਿਹਾ ਮੈਂ ਸਰਕਾਰ ਕੋਲ ਇਹ ਅਪੀਲ ਕਰਦਾ ਹਾਂ ਕਿ ਜੇ ਉਹ ਗਰੀਬਾਂ ਦਾ ਇਸੇ ਕਾਂਡ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਸੰਸਥਾ ਜਾਂ ਕੋਈ ਡੇਰਾ ਧਾਰਮਿਕ ਡੇਰਾ ਲੋਕਾਂ ਦੇ ਭਲੇ ਵਾਸਤੇ ਹੁੰਦਾ ਨਾ ਕਿ ਲੋਕਾਂ ਨੂੰ ਕੁਚਲਣ ਵਾਸਤੇ ਲੋਕਾਂ ਨੂੰ ਬੇਜ਼ਮੀਨੇ ਕਰਨ ਵਾਸਤੇ ਲੋਕਾਂ ਨੂੰ ਬੇਘਰ ਕਰਨ ਵਾਸਤੇ ਜਿਸ ਤਰ੍ਹਾਂ ਰਾਧਾ ਸਵਾਮੀ ਵਾਲਾ ਡੇਰਾ ਅੱਜ ਕਰ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਕਿੰਨੀਆਂ ਟਰਾਲੀਆਂ ਲੱਗੀਆਂ ਹੋਈਆਂ ਕਿੰਨੇ ਬੰਨ ਵਜੇ ਆਏ ਤੀਸਰਾ ਚੌਥਾ ਬੰਨ ਹੈ ਇੱਕ ਬੰਨ ਬੰਨਦਾ ਹੈ ਉਸੇ ਕਬਜ਼ਾ ਕਰਕੇ ਫਿਰ ਪਿੱਛੇ ਅੱਗੇ ਬੰਨ ਲੈਂਦਾ ਹੈ ਇਸ ਤਰ੍ਹਾਂ ਬੰਨ ਬੰਨ ਕੇ ਇਹ ਸਾਡੇ ਪਿੰਡ ਤੱਕ ਵੀ ਪਹੁੰਚਣ ਨੂੰ ਤਿਆਰ ਹੋ ਜਾਏਗਾ ਔਰ ਪਹੁੰਚ ਹੀ ਗਿਆ ਤਕਰੀਬਨ ਇਹ ਜੇ ਗੌਰਮੈਂਟ ਨੇ ਜਾਂ ਡੇਰੇ ਵਾਲਿਆਂ ਨੇ ਇਹ ਇਹਨੂੰ ਇਸ ਨੂੰ ਨਾ ਰੋਕਿਆ ਹੋ ਸਕਦਾ ਹੈ ਦਰਿਆ ਦਾ ਵਹਾਅ ਜਿਹੜਾ ਵਾ ਉਹ ਬਿਆਸ ਪੁਲ ਵੱਲ ਨੂੰ ਨਾ ਜਾਵੇ ਜਾ ਕੇ ਇੱਧਰ ਵੇਈ ਵਿੱਚ ਆਵੇ ਪਵਾਂਗੇ ਵਾਲ ਸੰਗੂਆ ਸੰਗਰਾਮ ਵਾਲਾ ਹੁੰਦਾ ਹੋਇਆ ਵੇਈ ਵਿੱਚ ਹੋ ਜਾ ਸਕਦਾ ਹੈ ਜਿਸ ਨਾਲ ਇਲਾਕੇ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਸ 'ਤੇ ਜਲਦੀ ਜਲਦੀ ਪਾਬੰਦੀ ਲਾਉਣੀ ਚਾਹੀਦੀ ਹੈ ਔਰ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਅਸੀਂ ਕਈ ਵਾਰ ਇਹਨਾਂ ਨੂੰ ਇੱਥੇ ਗੌਰਮੈਂਟ ਕੋਲੋਂ ਡੀ ਸੀ ਸਾਹਿਬ ਕੋਲ ਗਏ ਹਾਂ ਕੁਛ ਦਿਨਾਂ ਵਾਸਤੇ ਕੰਮ ਬੰਦ ਹੋ ਜਾਂਦਾ ਹੈ ਉਸਦੇ ਦੋ ਤਿੰਨ ਮਹੀਨੇ ਬਾਅਦ ਫਿਰ ਇਹ ਦੁਬਾਰਾ ਮਸ਼ੀਨਾਂ ਲਾ ਦਿੰਦੇ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਮਸ਼ੀਨਾਂ ਲੱਗੀਆਂ ਹੋਈਆਂ ਸਾਹਮਣੇ ਟਰਾਲੀਆਂ ਚੱਲ ਰਹੀਆਂ ਕਿਸ ਤਰ੍ਹਾਂ ਕੰਮ ਹੋ ਰਿਹਾ ਹਜ਼ਾਰਾਂ ਹੀ ਟਰਾਲੀ ਇੱਥੇ ਆੜ ਕੇ ਸਾਡੇ ਜਿਹੜੇ ਬੰਨ ਬੰਨ ਕੇ ਸਾਨੂੰ ਤੰਗ ਕਰ ਰਹੇ ਆ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਹੇ ਆ ਇਸ ਕਰਕੇ ਨਾ ਸਾਨੂੰ ਉੱਧਰ ਹੀ ਇੱਧਰ ਆਉਣ ਦਿੰਦੇ ਆ ਨਾ ਸਾਨੂੰ ਇੱਧਰ ਉੱਧਰ ਜਾਣ ਦਿੰਦੇ ਆ ਔਰ ਸਾਡੇ ਪਿੰਡ ਤਕਰੀਬਨ 750 ਕਿੱਲਾ ਜਿਹੜੀ ਜ਼ਮੀਨ ਆ ਇਹਦੇ ਪਾਣੀ ਦੀ ਹਵਾ ਵਿੱਚ ਕੁਛ ਨੇ ਕਬਜ਼ਾ ਕਰ ਲਿਆ ਹੈ ਇਸ ਕਰਕੇ ਅਸੀਂ ਸਰਕਾਰ ਕੋਲ ਪੁਰਜ਼ੋਰ ਮੰਗ ਕਰਦੇ ਹਾਂ ਕਿ ਡੇਰੇਵਾਦ ਨੂੰ ਇਸ ਨੂੰ ਰੋਕਿਆ ਜਾਵੇ ਕਿਉਂਕਿ ਇਸ ਸੁਪਰੀਮ ਕੋਰਟ ਦਾ ਵਿੱਚ ਆਰਡਰ ਹੈ ਇੱਕ ਲਾਅ ਹੈ ਕੋਈ ਵੀ ਸੰਸਥਾ ਕੋਈ ਵੀ ਡੇਰਾ ਜਾਂ ਕੋਈ ਵੀ ਇਕੱਲਾ ਆਦਮੀ ਕਿਸੇ ਵੀ ਕੁਦਰਤੀ ਨਦੀ ਨਾਲੇ ਨਾਲ ਦਰਿਆ ਨਾਲ ਛੇੜਛਾੜ ਨਹੀਂ ਕਰ ਸਕਦਾ ਵਿਦਆਊਟ ਗੌਰਮੈਂਟ ਪਰ ਇਸ ਡੇਰੇ ਉੱਤੋਂ ਨਾ ਗੌਰਮੈਂਟ ਰੋਕ ਰਹੀ ਹੈ ਨਾ ਉਹ ਡੇਰੇ ਵਾਲਾ ਹੀ ਰੋਕ ਰਿਹਾ ਹੈ ਇਸ ਕਰਕੇ ਇਹ ਕਾਨੂੰਨ ਦੇ ਤੌਰ ਤੇ ਵੀ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਪਰ ਜੇ ਗੌਰਮੈਂਟ ਰੋਕਣਾ ਹੋਵੇ ਪਰ ਗੌਰਮੈਂਟ ਵੀ ਨਹੀਂ ਰੋਕ ਰਹੀ ਸਾਡਾ ਹੱਥ ਜੋੜ ਕੇ ਬੇਨਤੀ ਆ ਗੌਰਮੈਂਟ ਨੂੰ ਕਿ ਇਹਨਾਂ ਨੂੰ ਇਸਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਅਸੀਂ ਇਸ ਪਿੰਡ ਵਿੱਚ ਵਸਦੇ ਰਹਿ ਜਾਈਏ ਇਹ ਸਾਰੀ ਜ਼ਮੀਨ ਸਾਡੇ ਪਿੰਡ ਦੀ ਤੁਸੀਂ ਦੇਖ ਰਹੇ ਹੋ ਉਹ ਪਾਣੀ ਵਾਲੀ ਟੈਂਕੀ ਆ ਉੱਥੋਂ ਤੋਂ ਲੈ ਕੇ ਸਾਡਾ ਬੰਦਾ ਇੱਥੇ ਪਹੁੰਚ ਗਿਆ ਹੈ ਅੱਜ ਜਿੱਥੇ ਅਸੀਂ ਖੜੇ ਹਾਂ ਮੇਰੀ ਖੁਦ ਦੀ ਜ਼ਮੀਨ ਹੈ ਜਿਹਦੇ ਵਿੱਚੋਂ 6 ਕਿੱਲੇ ਆ 6 ਵਿੱਚੋਂ 2 ਕਿੱਲੇ ਢਹਿ ਚੁੱਕੇ ਆ 4 ਕਿੱਲੇ ਆ ਬਾਕੀ ਬਚੀ ਹੋਈ ਆ ਜੇ ਇਸ ਤਰ੍ਹਾਂ ਰਿਹਾ ਤਾਂ ਸਾਰਾ ਇਹ ਹੋਰ 2-4 ਦਿਨ 5 ਦਿਨ ਵਿੱਚ 10 ਦਿਨ ਵਿੱਚ ਇਹ ਸਾਰਾ ਵਾਪਸ ਗਿਆ ਨਾ ਇਹ ਮੇਰੇ ਇਕੱਲੇ ਦਾ ਨਹੀਂ ਹੈ ਸਾਰੀ ਪਿੰਡ ਫਿਰ ਪਿੰਡ ਦੀ ਢਿਲਵਾਂ ਦੀ ਚੱਕੋਕਿਆਂ ਦੀ ਪਿੰਡ ਭੈਣੀ ਦੀ ਸਾਰੀ ਜ਼ਮੀਨ ਬਰਬਾਦ ਹੋ ਰਹੀ ਆ ਇਸ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਜਲਦੀ ਜਲਦੀ ਉਹਦੀ ਪਾਬੰਦੀ ਲਾਈ ਜਾਵੇ ਔਰ ਜਿਹੜੀ ਜ਼ਮੀਨ ਸਾਡੀ ਨੇ ਕਬਜ਼ੇ 'ਚ ਲੈ ਲਈ ਆ ਉਹ ਸਾਨੂੰ ਵਾਪਸ ਦਿਲਾਈ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਿਆਸ ਵਾਲੇ ਬਾਬੇ ਨੇ ਜੋ ਕਿ ਸਾਡੀਆਂ ਜ਼ਮੀਨਾਂ ਹਨ 2-3 ਬੰਨ ਬੰਨੇ ਹਨ ਉਸ ਤੋਂ ਲਾਸਟ 'ਤੇ ਜਾ ਕੇ ਨੇ ਅੱਗੇ ਤਾਰ ਲਾਈ ਤਾਂ ਪਾਕਿਸਤਾਨ ਦੇ ਬਾਰਡਰ 'ਤੇ ਲੱਗੀ ਹੁੰਦੀ ਆ ਕਿ ਕੋਈ ਇੱਧਰੋਂ ਉੱਧਰੋਂ ਲੰਘ ਜਾਵੇ ਸਾਨੂੰ ਸਾਡੀਆਂ ਜ਼ਮੀਨਾਂ ਵਿੱਚ ਜਾਣ ਦਾ ਹੱਕ ਨਹੀਂ ਹੈ
ਜੇ ਕੋਈ ਜਾਂਦਾ ਹੈ ਤਾਂ ਉਸ ਨਾਲ ਜ਼ਬਰਦਸਤੀ ਕੀਤੀ ਜਾਂਦੀ, ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਧਮਕਾਇਆ ਜਾਂਦਾ ਹੈ, ਜੇ ਅੱਗੇ ਤੋਂ ਆਇਆ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਹੋਰ ਮੇਰੇ ਨਾਲ ਸਾਡੇ ਪਿੰਡ ਦੇ ਨੌਜਵਾਨ ਵੀਰ ਖੜੇ ਨਾ, ਤੁਸੀਂ ਇਹਨਾਂ ਨਾਲ ਗੱਲ ਕਰੋ। ਮੈਂ ਸੁਖਪਾਲ ਸਿੰਘ ਨਿਵਾਸੀ ਬਤਾਲਾ, ਸਰਕਾਰ ਕੋਲੋਂ ਮੰਗ ਕਰਦਾ ਹਾਂ ਕਿ ਜੋ ਡੇਰੇ ਵਾਲਾ ਇੱਥੇ ਬੰਨ ਲਾ ਰਿਹਾ ਹੈ ਸਾਨੂੰ ਇਸ ਤੋਂ ਇਨਸਾਫ ਦਵਾਇਆ ਜਾਵੇ, ਤੇ ਜੋ ਇਹ ਬੰਨ ਵਿੱਚ ਦੀ ਪੈਪ ਨਿਕਾਲ ਕੇ ਤੇ ਜਿਹੜਾ ਦਰਿਆ ਜਿੱਥੇ ਪਹਿਲਾਂ ਵਗਦਾ ਸੀ ਉੱਥੇ ਫਿਰ ਵਗਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਇਹ ਜੋ ਤੁਸੀਂ ਦਰਿਆ ਦੇ ਵਿੱਚ ਪਾਈਪ ਲਾਈਨ ਦੇਖ ਰਹੇ ਹੋ, ਇਹ ਜੋ ਕਿ ਇੱਥੇ ਨਾਲ ਹੀ ਇਸ ਦੇ ਪਾਲੇ ਬੰਨੇ ਡੇਰਾ ਰਾਧਾ ਸੁਆਮੀ ਹੈ, ਜੋ ਕਿ 200 ਕੁ ਕਿੱਲੇ ਦੇ ਵਿੱਚ ਵਸਿਆ ਹੈ, ਜਿਸ ਦਾ ਕਿ ਸਾਰਾ ਗੰਦਾ ਪਾਣੀ ਇਸ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਹੈ, ਜਿੱਥੇ ਕਿ ਹਰ ਸੇਵਾ ਸੁਸਾਇਟੀ ਜਾਂ ਪੰਜਾਬ ਸਰਕਾਰ ਪ੍ਰਦੂਸ਼ਣ ਰਹਿਤ ਪੰਜਾਬ ਨੂੰ ਕਰਨਾ ਚਾਹੁੰਦੀ ਹੈ, ਪਰ ਉੱਥੇ ਹੀ ਇਹ ਡੇਰਾਵਾਦ ਦੇ ਨਾਲ ਪ੍ਰਦੂਸ਼ਿਤ ਪਾਣੀ ਨੂੰ ਜੋ ਕਿ ਦਰਿਆ ਦੇ ਵਿੱਚ ਪਾ ਕੇ ਦਰਿਆ ਦੇ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਇਹ ਦਰਿਆ ਦੇ ਵਿੱਚ ਪਸ਼ੂ ਪੰਛੀ ਅਤੇ ਹੋਰ ਕਈ ਕੰਮ ਲੈ ਜਾਂਦੇ ਹਨ ਤੇ ਉੱਥੇ ਇੱਥੇ ਬਿਮਾਰੀਆਂ ਫੈਲਣ ਦਾ ਵੀ ਬਹੁਤ ਜ਼ਿਆਦਾ ਡਰ ਵੱਧ ਰਿਹਾ ਹੈ। ਸੋ ਇੱਥੇ ਹੀ ਸਰਕਾਰ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿ ਜੋ ਇਹ ਪ੍ਰਦੂਸ਼ਿਤ ਪਾਣੀ ਜੋ ਕਿ ਦਰਿਆ ਦੇ ਵਿੱਚ ਮਿਲਾਇਆ ਜਾ ਰਿਹਾ ਹੈ ਉਸ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ। ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਡੇਰੇ ਵਾਲੇ ਬੰਨ ਬੰਨ ਬਣ ਕੇ ਸਾਡੀ ਪੈਲੀ ਸਾਰੀ ਦਰਬਾਰ ਬੁਰਦ ਕਰੀ ਜਾਂਦੇ ਆ, ਮੇਰੀ ਖੁਦ ਆਪਣੀ 5 ਕਿੱਲੇ ਰੁੜ ਗਈ ਆ। ਇਹੋ ਬੇਨਤੀ ਆ ਕਿ ਇਹਨਾਂ ਨੂੰ ਬੰਨ ਜਿਹੜਾ ਆਪਣੀ ਜਗ੍ਹਾ ਵਿੱਚ ਬੰਨਣਾ ਚਾਹੀਦਾ, ਸਾਡੇ ਏਰੀਏ 'ਚ ਨਹੀਂ ਬੰਨਣਾ ਚਾਹੀਦਾ। ਸਾਡੇ ਇੱਦਾਂ ਢਾਹ ਲੱਗੀ ਰਹੀ ਤਾਂ ਸਾਰੀ ਜ਼ਮੀਨ ਰੁੜ ਜਾ ਗਈ, 1-5 ਏਕੜ ਰੁੜ ਗਈ ਆ, ਬਾਕੀ ਜਿਹੜੀ ਉਹਨੂੰ ਢਾਹ ਲੱਗੀ ਹੋਈ ਆ। ਤੇ ਇਹਨਾਂ ਨੂੰ ਬੇਨਤੀ ਆ ਸਾਡੀ ਸਰਕਾਰ ਨੂੰ, ਇਹ ਜਲਦੀ ਤੋਂ ਜਲਦੀ ਬੰਨ ਰੋਕਿਆ ਜਾਵੇ, ਮਸ਼ੀਨਾਂ ਬੰਦ ਕੀਤੀਆਂ ਜਾਣ ਤੇ ਸਾਡੀ ਜ਼ਮੀਨ ਜਿਹੜੀ ਉਹ ਉਪਜਾਊ ਬਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਿੰਡ ਬਤਾਲਾ ਦੇ ਕਿਸਾਨ ਜੋ ਕਿ ਆਪ ਜੀ ਨੂੰ ਦੱਸ ਰਹੇ ਸਨ ਆਪਣੀਆਂ ਮੁਸ਼ਕਲਾਂ, ਜੋ ਕਿ ਇੱਕ ਧਰਮ ਦੇ ਨਾਂ ਤੇ ਡੇਰਾ ਰਾਧਾ ਸੁਆਮੀ ਜੋ ਖੋਲਿਆ ਗਿਆ ਹੈ, ਜੋ ਕਿ ਲਗਾਤਾਰ ਇਹਨਾਂ ਕਿਸਾਨਾਂ ਨੂੰ ਆਪਣੀ ਸਾਈਡ ਦੇ ਉੱਤੇ ਦਰਿਆ ਦੇ ਇੱਕ ਸਾਈਡ ਦੇ ਉੱਤੇ ਪੱਕਾ ਬੰਨ ਬਣਾ ਰਿਹਾ ਹੈ, ਜਿਸ ਦੇ ਨਾਲ ਕਿ ਇਹਨਾਂ ਪਿੰਡ ਵਾਲਿਆਂ ਦੀਆਂ ਜ਼ਮੀਨਾਂ ਜੋ ਕਿ ਦਰਿਆ ਦੇ ਵਿੱਚ ਲਗਾਤਾਰ ਵਹਿੰਦੀਆਂ ਜਾ ਰਹੀਆਂ ਹਨ। ਸੋ ਇਹਨਾਂ ਦੀਆਂ ਕਈ ਜ਼ਮੀਨਾਂ ਲਗਾਤਾਰ ਢੱਠ ਕੇ ਦਰਿਆ ਉਹਨਾਂ ਦੇ ਉੱਤੇ ਵਗ ਰਿਹਾ ਹੈ। ਸੋ ਉਹ ਇਹ ਮੰਗ ਕਰਦੇ ਹਨ ਇਸ ਡੇਰਾ ਮੁਖੀ ਅਤੇ ਸਰਕਾਰ ਦੇ ਕੋਲੋਂ ਕਿ ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ, ਤੇ ਨਾਲ ਹੀ ਭਾਰਤੀ ਕਾਨੂੰਨ ਦੇ ਵੱਲੋਂ ਇਕਲਾਹ ਹੈ ਕਿ ਜੋ ਵੀ ਦਰਿਆ ਨਹਿਰਾਂ ਹਨ ਇਸ ਦੇ ਨਾਲ ਕੋਈ ਵੀ ਛੇੜਖਾਨੀ ਨਹੀਂ ਕਰ ਸਕਦਾ, ਪਰ ਆਪ ਤੁਸੀਂ ਸ਼ਰੇਆਮ ਦੇਖ ਸਕਦੇ ਹੋ ਕਿ ਇੱਥੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਉਸ ਨੂੰ ਲਗਾਤਾਰ ਉੱਤੇ ਹਰ ਰੋਜ਼ 24 ਘੰਟੇ ਕੰਮ ਚੱਲ ਰਿਹਾ ਹੈ ਤੇ ਮਸ਼ੀਨਾਂ ਲਗਾ ਕੇ ਦਰਿਆ ਦੇ ਵਿੱਚੋਂ ਰੇਤਾ ਕੱਢ ਕੇ ਆਪਣੀ ਸਾਈਡ ਤੇ ਪਾਈ ਜਾ ਰਹੀ ਹੈ ਤੇ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦਾ ਵਹਾਅ ਕੀਤਾ ਜਾ ਰਿਹਾ ਹੈ। ਸੋ ਉਹ ਕਹਿ ਰਹੇ ਹਨ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਕਿ ਉਹਨਾਂ ਦੇ 10-10, 20-20 ਕਿੱਲੇ ਦਰਿਆ ਦੇ ਵਿੱਚ ਵਗ ਰਹੇ ਹਨ। ਉੱਥੇ ਹੀ ਹੋ ਸਕਦਾ ਹੈ ਕਿ ਕੱਲ ਨੂੰ ਪਿੰਡ ਦੇ ਵਿੱਚ ਵੀ ਇਹ ਦਰਿਆ ਆ ਸਕਦਾ ਹੈ। ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ। ਸੋ ਇੱਥੇ ਹੀ ਆਪ ਜੀ ਕੋ ਆਗਿਆ ਲੈਣੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੂੰ ਪੁੱਛਾਂਗੇ ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ। ਸੋ ਸਾਡੇ ਨਾਲ ਹਨ ਪਿੰਡ ਬਤਾਲਾ ਦੇ ਸਰਦਾਰ ਮੋਹਨ ਸਿੰਘ ਜੀ ਬਲ, ਜੋ ਕਿ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਣਗੇ ਕਿ ਕਿਸਾਨਾਂ ਨੂੰ ਅੱਜ ਡੇਰੇ ਰਾਧਾ ਸੁਆਮੀ ਵੱਲੋਂ ਕੀ ਮੁਸ਼ਕਲਾਂ ਆ ਰਹੀਆਂ ਹਨ। ਮੈਂ ਮੋਹਨ ਸਿੰਘ ਬਲ ਬਤਾਲਾ, ਅੱਜ ਇੱਥੇ ਅਸੀਂ ਸਾਰੇ ਚੈਨਲ ਦੇ ਸਮੇਤ ਇਕੱਠੇ ਹੋਏ ਹਾਂ ਸਿੱਖ ਚੈਨਲ ਦੇ ਨਾਲ, ਕਿ ਅੱਗੇ ਵੀ 2-4 ਵਾਰੀ 10 ਵਾਰੀ ਲੋਕਾਂ ਸਾਡਿਆਂ ਨੇ ਸੰਘਰਸ਼ ਕੀਤਾ ਵਾ ਤੇ ਬੰਨ ਬੰਨਣੋਂ ਹਟ ਜਾਂਦਾ ਸੀਗਾ। ਜਿਸ ਵੇਲੇ ਸਾਰੇ ਇਕੱਠੇ ਹੋਏ ਕਹਿੰਦੇ ਸੀਗੇ, ਉਹ ਵੇਲੇ ਵਾਅਦਾ ਕਰਦਾ ਸੀਗਾ ਕਿ ਮੈਂ ਅੱਗੇ ਇਹਨਾਂ ਦੇ ਜਿਹੜੇ ਜ਼ਿੰਮੇਵਾਰ ਬੰਦੇ ਅੱਗੇ ਆ ਵੀ ਅਸੀਂ ਨਹੀਂ ਕਰਾਂਗੇ, ਪਰ ਇਹ ਸਾਰੀ ਜ਼ਮੀਨ 750 ਏਕੜ ਦੇ ਕਰੀਬ ਸਾਡੇ ਢਲਵਾਂ ਬਤਾਲਾ ਤੇ ਪਿੰਡ ਭੈਣੀ ਕੁਛ ਚੱਕੋਕੇ ਦੀ ਜ਼ਮੀਨ ਆ, ਜਿਹਦੇ ਉੱਤੇ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਵਾ। ਇਹ ਡੇਰਾ ਵਾ, ਇਹ ਲੋਕ ਕਹਿੰਦੇ ਧਾਰ। ਸਿੱਖ ਚੈਨਲ ਵੇਖ ਰਹੇ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਤਾਲਾ ਜ਼ਿਲ੍ਹਾ ਕਪੂਰਥਲਾ ਦੇ ਵਿਖੇ, ਜਿੱਥੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਠਾਂ ਨੂੰ ਜਾ ਰਿਹਾ ਹੈ, ਜਿੱਥੇ ਕਿ ਦਵਾਈਆਂ ਦੇ ਰੇਟ, ਫਸਲਾਂ ਦੇ ਰੇਟ ਘੱਟ ਰਹੇ ਹਨ, ਦਵਾਈਆਂ ਦੇ ਰੇਟ ਵੱਧ ਰਹੇ ਹਨ, ਉੱਥੇ ਹੀ ਕਿਸਾਨ ਅੱਜ ਕਰਜ਼ੇ ਦੇ ਥੱਲੇ ਆ ਰਿਹਾ ਹੈ। ਸੋ ਇਸੇ ਦੇ ਤਹਿਤ ਅਸੀਂ ਅੱਜ ਪਹੁੰਚੇ ਹਾਂ ਪਿੰਡ ਬਤਾਲਾ, ਜਿੱਥੇ ਕਿ ਇੱਥੋਂ ਦੇ ਇੱਕ ਰਾਧਾ ਸੁਆਮੀ ਡੇਰਾ ਬਿਆਸ, ਜੋ ਕਿ ਲਗਾਤਾਰ ਇਸ ਪਿੰਡ ਦੇ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਹੈ, ਜੋ ਕਿ ਆਪਣੀ ਸਾਈਡ ਦੇ ਉੱਤੇ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਲਗਾਤਾਰ ਬੰਨ ਬਣਾਉਂਦਾ ਜਾ ਰਿਹਾ ਹੈ। ਸੋ ਉਹ ਬੰਨ ਬਣਾਉਣ ਦੇ ਨਾਲ ਜੋ ਕਿ ਪਾਣੀ ਦਾ ਵਿਹਾਅ, ਜੋ ਦਰਿਆ ਦਾ ਵਿਹਾਅ ਪਿੰਡ ਬਤਾਲੇ ਵੱਲ ਨੂੰ ਲਗਾਤਾਰ ਵੱਧ ਰਿਹਾ ਹੈ ਤੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਇਸ ਦੇ ਵਿੱਚ ਢੱਠ ਗਈਆਂ ਹਨ। ਸੋ ਇਸੇ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਪਿੰਡ ਬਤਾਲਾ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਸੰਸਥਾ ਵਾ, ਪਰ ਨਹੀਂ ਧਾਰਮਿਕ ਸੰਸਥਾ ਹੁੰਦੀ ਆ ਲੋਕਾਂ ਦੇ ਭਲੇ ਲਈ।
ਇਹ ਸਿਰਫ ਆਪਣੇ ਭਲੇ ਲਈ ਆ। ਜੇ ਇਹਨਾਂ ਨੇ ਥੋੜਾ ਬਹੁਤਾ ਜਿੱਥੇ ਨਾਮ ਜਪਣ ਲਈ ਲੈਣਾ ਸੀ ਲੋਕ ਦਿੰਦੇ ਆ, ਗ੍ਰਾਹੀਆਂ ਦਿੰਦੇ ਆ, ਸਭ ਕੁਛ ਦਿੰਦੇ ਆ, ਪਰ ਇਹਨਾਂ ਨੇ ਉਸ ਗ੍ਰਾਹੀਆਂ ਦਾ ਨਜਾਇਜ਼ ਫਾਇਦਾ ਉਠਾ ਕੇ ਲੋਕ ਇਕੱਠੇ ਕਰਕੇ ਇਹਨਾਂ ਨੇ ਇੱਥੇ ਫਾਰਮ ਬਣਾ ਲਏ ਆਲੂਆਂ ਦੇ, ਕਮਾਦਾਂ ਦੇ, ਗੰਨਾ ਬੀਜਦੇ ਆ, ਕਣਕ ਬੀਜਦੇ ਆ, ਹੋਰ ਕਈ ਤਰ੍ਹਾਂ ਦੀਆਂ ਫਸਲਾਂ ਉਗਾਉਂਦੇ ਆ, ਜੋ ਕਿ ਸਰਾਸਰ ਸਾਡੇ ਗਰੀਬ ਜਨਤਾ ਦੇ ਨਾਲ ਧੱਕਾ। ਸਾਡੇ ਪਿੰਡ ਦੇ ਅੱਗੇ ਕਿਸਾਨ ਇੱਕ ਦੋ ਖੁਦਕਸ਼ੀਆਂ ਵੀ ਕਰ ਬੈਠੇ ਆ, ਅਸੀਂ ਵਾਰ ਵਾਰ ਇਹਨਾਂ ਨੂੰ ਸਮਝਾਉਂਦੇ ਰਹਿੰਦੇ ਹਾਂ, ਜਿਹਦੇ ਵਿੱਚ ਮੇਰੇ ਨਾਲ ਸਰਦਾਰ ਰਘਵੀਰ ਸਿੰਘ ਜੀ ਨੇ ਵਾਅਦਾ ਕੀਤਾ ਸੀ, ਇੱਥੇ ਬਾਬਾ ਬੇਦੀ ਇਹਨਾਂ ਦਾ, ਇਹਨਾਂ ਨੇ ਵਾਅਦਾ ਕੀਤਾ ਸੀ, ਇਹ ਲੱਦਰ ਸਾਹਿਬ ਦੇ ਜਿਹੜਾ ਕਮਿਸ਼ਨਰ ਸਾਡਾ ਉਹਦੇ ਨਾਲ ਮੀਟਿੰਗ ਹੋਈ ਸੀ ਡੀ ਸੀ ਸਾਹਿਬ ਸੀ ਕਪੂਰਥਲਾ, ਕਿ ਅਸੀਂ ਅੱਗੇ ਨਹੀਂ ਕਰਾਂਗੇ, ਜੋ ਕਿ ਇਹਨਾਂ ਨੇ ਉਹ ਸਾਰੀਆਂ ਹੀ ਹੱਦਾਂ ਬੰਨੇ ਟੱਪ ਕੇ ਅੱਜ ਵੀ ਉਸੇ ਤਰ੍ਹਾਂ ਕੋਈ 4-5 ਕਰੀਬ ਬੰਨ ਲਾ ਕੇ ਅੱਗੇ ਤੋਂ ਅੱਗੇ ਤੁਰੇ ਆਉਂਦੇ ਆ। ਜਿਹੜੀ ਢਾਵ ਆ ਅੱਗੇ ਸਾਡੇ ਪਿੱਛੇ ਸਰਕਾਰ ਕੈਪਟਨ ਸਰਕਾਰ ਵੇਲੇ ਬੰਨ ਮਨਜੂਰ ਹੋਏ ਪੱਥਰ ਉਹ ਲੱਗੇ ਸੀਗੇ, ਥੋੜੀ ਜਿਹੀ ਰੁਕਾਵਟ ਪਈ, ਲੋਕਾਂ ਨੂੰ ਸਾਹ ਆਇਆ ਸੀ, ਅੱਜ ਬਹੁਤ ਵੱਡੇ ਜ਼ੋਰ ਤੇ ਉੱਤੋਂ ਦੀ ਜੀ ਟੀ ਰੋਡ ਬਣਾਉਂਦੇ ਪਏ ਆ। ਪਹਿਲਾਂ ਇਹ ਕਹਿੰਦੇ ਸੀ ਅਸੀਂ ਕੋਈ ਬਿਜਲੀ ਦੀ ਨਹਿਰ ਬਣਾਉਣੀ ਆ, ਨਹਿਰ ਤੋਂ ਕਰਦੇ ਕਰਦੇ ਅੱਜ ਬਹੁਤ ਵੱਡੀ ਪੱਧਰ ਤੇ ਅੱਗੇ ਆ ਚੁੱਕੇ ਆ। ਮੈਂ ਇਹ ਬੇਨਤੀ ਕਰਦਾ ਵਾਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਕਰਦਾ ਕਿ ਥੋੜਾ ਬਹੁਤਾ ਤੁਸੀਂ ਨੁਮਾਇੰਦਗੀ ਜ਼ਿਮੀਦਾਰਾਂ ਦੀ, ਜਨਤਾ ਦੀ ਕਰਦੀ ਹੈ ਇਹ ਜਿਹੜੀ ਪੰਜਾਬ ਸਰਕਾਰਾਂ, ਸਟੇਟ ਦੀਆਂ ਸਰਕਾਰਾਂ ਹੁੰਦੀਆਂ, ਸੈਂਟਰ ਦੀਆਂ ਸਰਕਾਰਾਂ ਹੁੰਦੀਆਂ, ਪਰ ਇਹ ਸਾਰੀਆਂ ਅੱਜ ਇਹ ਜਿੱਥੇ ਡੇਰਾਵਾਲ ਚੱਲਦਾ ਉਹਨਾਂ ਦੀਆਂ ਨੁਮਾਇੰਦਗੀ ਕਰਦੇ ਪਏ ਆ। ਮੈਂ ਬੇਨਤੀ ਕਰੂੰਗਾ ਉਹਨਾਂ ਨੂੰ ਛੱਡ ਕੇ ਆਪਣੀਆਂ ਇਸ ਜ਼ਿੰਮੇਵਾਰੀਆਂ ਤੋਂ ਉੱਤੇ ਉੱਠ ਕੇ ਲੋਕਾਂ ਦੀ ਰਹਿਨਮਾਈ ਕਰਨ, ਜਿਹਦੇ ਨਾਲ ਗਰੀਬ ਜਨਤਾ ਦਾ ਲੋਕੀ ਰੋਟੀਆਂ ਖਾਂਦੇ ਰਹਿਣਗੇ ਤੇ ਸਾਰੇ ਲੋਕੀ ਇਸ ਦੇ ਨਾਲ, ਅਸੀਂ ਜਿੰਨੇ ਵੀ ਇਹ ਲਾਈਨਾਂ ਇਹਨਾਂ ਨੇ ਲੱਗੀਆਂ ਫਰੀ ਖਾਤੇ ਆਣ ਕੇ ਆਪਣਾ ਘਰ ਦਾ ਕੰਮ ਕਰਦੇ ਨੇ, ਬਾਬਿਆਂ ਨੇ ਪਤਾ ਨੀ ਕੀ ਕਾਰਨ ਚ ਫੂਕ ਮਾਰੀ ਹੋਈ ਆ। ਮੈਂ ਇੱਕ ਬੇਨਤੀ ਕਰਾਂਗਾ, ਜੇ ਤੇ ਬਾਬਾ ਜੀ ਧਾਰਮਿਕ ਆ, ਜੇ ਬਾਬਾ ਜੀ ਪੂਰੀ ਪਹੁੰਚ ਵਾਲੇ ਆ, ਰੱਬ ਨੂੰ ਮਿਲੇ ਹੋਏ ਆ, ਉਹਨਾਂ ਨੂੰ ਆਪਣੀ ਸੋਚਣ ਸ਼ਕਤੀ ਨਾਲ ਉੱਚੀ ਉੱਠ ਕੇ ਵੇਖਣ ਕੇ ਇਸ ਇਲਾਕੇ ਦੇ ਵਿੱਚ ਜਿਹੜੇ ਉਹਦੇ ਜ਼ਿੰਮੇਵਾਰ ਬੰਦੇ ਆ ਉਹ ਕਿਸ ਤਰ੍ਹਾਂ ਸਾਰੀਆਂ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ ਆ ਤੇ ਲੋਕਾਂ ਦਾ ਸਤਿਆਨਾਸ਼ ਕਰੀ ਜਾਂਦੇ ਆ, ਗਰੀਬਾਂ ਦਾ ਸਾਰਾ ਧਨ ਲੁੱਟੀ ਜਾਂਦੇ ਆ, ਜ਼ਮੀਨਾਂ ਲੁੱਟੀ ਜਾਂਦੇ ਆ, ਤੇ ਜੇ ਬਾਬੇ ਨੂੰ ਨਹੀਂ ਪਤਾ, ਇਹ ਨਹੀਂ ਉਹਨਾਂ ਦੀ ਸੋਚ ਤੇ ਆਉਂਦਾ, ਉਹਨਾਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਵਾ, ਫਿਰ ਉਹ ਆਪਣੇ ਆਪ ਨੂੰ ਧਾਰਮਿਕ ਸੰਸਥਾ ਜਾਂ ਬਾਬਾ ਖਵਾਉਣਾ ਛੱਡ ਦੇਵੇ। ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜਾ ਸਿੱਖ ਚੈਨਲ ਵਾ